ਅੰਮ੍ਰਿਤਸਰ ਦੇ ਨੇੜੇ ਭਾਰਤ ਪਾਕ ਬਾਰਡਰ ਦੇ ਨੇੜੇ ਗਾਮ ਸੰਘੋਕੇ ਦੇ ਵਿੱਚ BSF ਨੇ ਗਸ਼ਤ ਦੌਰਾਨ ਪਾਕਿਸਤਾਨੀ ਹਥਿਆਰ ਬਰਾਮਦ ਕੀਤੇ ਨੇ। ਇਹਨਾਂ ਵਿੱਚ ਰਾਈਫਲ, ਚਾਕੂ, ਕਾਰਤੂਸ ਵਗੈਰਾ ਸ਼ਾਮਿਲ ਨੇ। BSF ਅਤੇ ਪੰਜਾਬ ਪੁਲਿਸ ਨੇ ਇਹਨਾਂ BSF ਅਤੇ ਪੰਜਾਬ ਪੁਲਿਸ ਇਹਨਾਂ ਹਥਿਆਰਾਂ ਦੀ ਜਾਂਚ ਕਰ ਰਹੀ ਹੈ। ਇਹ ਹਥਿਆਰ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਤਸਕਰਾਂ ਤੱਕ ਪਹੁੰਚਾਏ ਜਾਣੇ ਸਨ। ਇਸ ਦੇ ਬਾਰੇ ਜਾਣਕਾਰੀ ਲਿੱਤੀ ਜਾ ਰਹੀ ਹੈ। ਪਾਕਿਸਤਾਨ ਤੋਂ ਆਏ ਇਹਨਾਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਇਸ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਪੁਲਿਸ ਅਤੇ BSF ਵੱਲੋਂ ਤਲਾਸ਼ੀ ਦਾ ਅਭਿਆਨ ਚਲਾਇਆ ਜਾ ਰਿਹਾ ਹੈ। BSF ਦੇ ਬੁਲਾਰੇ ਨੇ ਦੱਸਿਆ ਹੈ ਕਿ ਦੇਰ ਰਾਤ BSF ਦੀ ਟੀਮ ਬਾਰਡਰ ਏਰੀਆ ਦੇ ਵਿੱਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਉਹਨਾਂ ਨੂੰ ਸੂਚਨਾ ਮਿਲੀ ਕਿ ਪਾਕਿਸਤਾਨ ਤੋਂ ਕੁਛ ਹਥਿਆਰ ਪਿੰਡ ਸੰਘੋਕੇ ਦੇ ਵਿੱਚ ਆਏ ਹੋਏ ਨੇ। ਗਸ਼ਤ ਦੌਰਾਨ BSF ਦੇ ਜਵਾਨਾਂ ਨੇ ਪਿੰਡ ਦੀ ਤਲਾਸ਼ੀ ਲਿੱਤੀ। ਇਸ ਦੌਰਾਨ ਉਹਨਾਂ ਨੂੰ 12 ਬੋਰ ਦੀ ਪਾਕਿਸਤਾਨੀ ਰਾਈਫਲ, 2 ਕਾਰਤੂਸ, 1 ਚੀਨ ਦਾ ਬਣਿਆ ਹੋਇਆ ਛੁਰਾ ਬਰਾਮਦ ਹੋਇਆ। ਕਾਰਤੂਸ ਦੇ ਉੱਪਰ ਵੀ ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਬਰਾਮਦ ਹਥਿਆਰਾਂ ਦੇ ਬਾਰੇ ਵਿੱਚ ਹੁਣ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਾਕਿਸਤਾਨ ਤੋਂ ਹਥਿਆਰ ਆਉਣ ਦਾ ਸਿਲਸਿਲਾ ਇੱਥੇ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਡਰੋਨ ਰਾਹੀਂ ਵੀ ਇੱਥੇ ਹਥਿਆਰ ਅਤੇ ਨਸ਼ੇ ਦੀਆਂ ਚੀਜ਼ਾਂ ਭੇਜੀਆਂ ਜਾ ਰਹੀਆਂ ਨੇ।